ਲੈ ਵੀ ਸਵਾਗਤ ਆ ਮਿੱਤਰੋ ਤੁਹਾਡਾ ਕਿਸਾਨ ਪਸ਼ੂ ਪਾਲਕ ਯੂਟਿਊਬ ਚੈਨਲ 'ਤੇ। ਮੈਂ ਤੁਹਾਡਾ ਆਪਣਾ ਗੁਰੀ ਉਗਰਾਹ ਹਾਂ। ਲੈ ਵੀ ਅੱਜ ਪਹੁੰਚ ਚੁੱਕਿਆ ਮਿੱਤਰੋ ਆਪਾਂ ਮੰਡੀ ਰਾਮਪੁਰਾ ਫੂਲ, ਬਠਿੰਡਾ ਜ਼ਿਲ੍ਹਾ ਪੈਂਦਾ, ਜਿਹੜੀ ਕਿ 1 ਤਰੀਕ ਨੂੰ ਲੱਗਦੇ ਆ ਮਹੀਨੇ 'ਚ ਇੱਕ ਵਾਰ। ਅਤੇ ਬਾਕੀ ਅੱਗੇ ਲੈ ਕੇ ਚੱਲਦੇ ਹਾਂ ਮੰਡੀ, ਤੁਹਾਨੂੰ ਘੈਂਟ ਘੈਂਟ ਜਾਨਵਰਾਂ ਦੇ ਕਰਾਉਂਦੇ ਹਾਂ ਦਰਸ਼ਨ, ਆ ਜਾਓ ਲੈ ਕੇ ਚੱਲਦੇ ਹਾਂ ਅੱਗੇ। ਲੈ ਵੀ ਮਿੱਤਰੋ ਆਪਾਂ ਮੰਡੀ 'ਚ ਪਹੁੰਚ ਚੁੱਕਿਆ ਰਾਮਪੁਰਾ ਫੂਲ, ਪਹਿਲੀ ਝੋਟੀ ਦਿਖਾਉਂਦੇ ਹਾਂ ਤੁਹਾਨੂੰ ਪੂਰੀ ਐਨ ਸਿਰੇ ਦੀ ਧੋਰੀ ਬਾਈ ਮੜੀ ਜਾਣ ਲੰਬੀ, ਅਤੇ ਪੁੱਛਦੇ ਹਾਂ ਅਗਲੀ ਡਿਟੇਲ ਬਾਈ ਤੋਂ ਕੀ ਗੱਲਬਾਤ ਆ। ਝੋਟੀ ਦੀ ਥਾਣ ਹਵਾਨਾ ਦੇਖ ਲਓ ਦੋਸਤੋ ਇੱਕ ਵਾਰੀ ਨੇੜੇ ਤੋਂ, ਪੂਰੇ ਚੌੜੇ ਹਵਾਨੇ ਦੇ ਆ ਦੋਸਤੋ, ਜਾਣ ਵਾਲੀ ਝੋਟੀ ਆ, ਪੂਰੀ ਟੋਪ ਦੀ ਝੋਟੀ ਆ, ਬਾ ਕਮਾਲ ਆ ਬਾਈ। ਅਤੇ ਮੂੰਹ ਮੱਥਾ ਦੇਖ ਸਕਦੇ ਹੋ ਦੋਸਤੋ ਸਿੰਘਾਂ ਦੀ, ਬਿਲਕੁਲ ਕੁੰਡੇ ਸਿੰਘ ਨੇ, ਰਿੰਗ ਸਿੰਘ ਨੇ। ਅਤੇ ਬਾਕੀ ਇੱਧਰ ਤੋਂ ਹਵਾਨਾ ਮੈਂ ਇੱਕ ਵਾਰੀ ਤੁਹਾਨੂੰ ਨੇੜ ਤੋਂ ਫਿਰ ਦਿਖਾਉਣਾ। ਥਣਾਂ ਦੇ ਵਿੱਚ ਗੈਪ ਬਹੁਤ ਆ, ਆਪਸ ਦੇ ਵਿੱਚ ਦੂਰੀ 'ਤੇ ਲੱਗੇ ਨੇ ਦੋਸਤੋ, ਸੋਹਣੇ ਥਣ ਨੇ ਚਾਰੇ। ਇੱਧਰ ਅੱਗੇ ਤੋਂ ਲੇਵਾ ਦਿਖਾਉਣਾ ਝੋਟੀ ਦਾ, ਇੱਧਰ ਦੋਸਤੋ ਅੱਗੇ ਤੋਂ ਅੱਡਰ ਦੇਖ ਸਕਦੇ ਹੋ, ਨਾੜਾਂ ਦੇਖ ਸਕਦੇ ਹੋ ਹਵਾਨੇ 'ਤੇ। ਅਤੇ ਬਾਕੀ ਮੂੰਹ ਮੱਥਾ ਦਿਖਾ ਦੇਣਾ ਝੋਟੀ ਦਾ ਇੱਧਰੋਂ। ਅਤੇ ਬਾਕੀ ਡਿਟੇਲ ਦੋਸਤੋ ਆਪਾਂ ਬਾਈ ਨੂੰ ਪੁੱਛਦੇ ਹਾਂ ਕੀ ਗੱਲਬਾਤ ਆ ਝੋਟੀ ਦੀ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਨਾਮ ਦੱਸੋ ਬਾਈ ਜੀ। ਮਨੀਸ਼ ਕੁਮਾਰ ਜੀ। ਕਿੱਥੋਂ ਆਏ ਹੋ ਜੀ? ਮਾਨਸਾ ਤੋਂ ਜੀ। ਵਪਾਰ ਦਾ ਹੀ ਕੰਮ ਆ ਜੀ? ਹਾਂਜੀ ਹਾਂਜੀ। ਕੀ ਡਿਟੇਲ ਆ ਬਾਈ ਝੋਟੀ ਦੀ, ਕਿੰਨਵੇਂ ਸੂਏ ਸੂਏ ਆ? ਦੂਸਰਾ ਸੂਆ ਜੀ। ਦੰਦਾਂ 'ਚ ਪਤਾ ਕੁਛ? ਹਾਂ, ਚੌਕੀ ਜੀ। ਚਾਰ ਦੰਦ ਦੀ ਸੂਬੀ ਬਾਈ? ਹਾਂਜੀ। ਚਾਰ ਦਾ ਪਹਿਲਾ ਸੂਦੀਆਂ ਨੇ ਯਾਰ। ਦੂਜਾ ਸੂਆ ਬਾਈ। ਕਨਫਰਮ ਚਾਰ ਆ? ਹਾਂਜੀ ਹਾਂਜੀ। ਚੈੱਕ ਕਰਾ ਦੇਗਾ? ਬਟ ਲਓ ਕਰਾਈ ਚੈੱਕ ਆਪਣੇ ਜੀ। ਦੋਸਤੋ ਚਾਰ ਦੰਦ ਝੋਟੀ ਆ ਬਾਈ, ਕਹਿੰਦਾ ਦੂਜਾ ਸੂਆ ਸੂਪੀ, ਚਾਰ ਦੰਦ ਮੇਰਾ ਖਿਆਲ ਆ ਪਹਿਲਾ ਸੂਆ ਖੀਰੀ ਆ ਸੂਪੀ ਹੋਣੀ। ਕੋਸ਼ਿਸ਼ ਕਰਦੇ ਹਾਂ ਦਿਖਾਊਗੀ ਦੰਦ। ਵਾਹ, ਕੋਈ ਨਹੀਂ ਬਾਈ। ਦੋਸਤੋ ਬਾਕੀ ਜਿਹੜੇ ਵੀਰ ਨੂੰ ਝੋਟੀ ਪਸੰਦ ਆਊਗੀ, ਨੇੜੇ ਆ ਕੇ ਬਾਈ ਹੋਰਾਂ ਦੇ ਕੋਲੇ ਜਾਊਗਾ, ਤਸੱਲੀ ਕਰਾ ਦੇਣਗੇ ਬਾਈ ਹੋਰੀ ਵੀ ਕਨਫਰਮ ਚਾਰ ਦੰਦ ਹੈ। ਬਾਈ ਬੱਚਾ ਕੀ ਆ ਇਹਦੇ ਨਾਲ? ਕੱਟੀ ਆ। ਕਿੰਨੇ ਕੁ ਦਿਨ ਹੋ ਗਏ ਸੂਈ ਨੂੰ? ਸੂਈ ਨੂੰ ਹੋ ਗਏ ਬਾਈ 5-6 ਦਿਨ। ਕਿੰਨਾ ਕੁ ਪੋਲਾ ਹੋਊਗਾ ਹੁਣ? ਹੁਣ ਬਾਈ 13-14 ਕਿਲੋ ਪੋਲਾ ਹੋਊਗਾ। ਕਿੰਨੇ ਕੁ ਦੀ ਉਮੀਦ ਆ, ਕਿੰਨਾ ਕੁ ਦੁੱਧ ਕਰ ਦੂਗੀ? ਦੇ ਦੂਗੇ 17-18 ਕਿਲੋ। ਰੇਟ ਬਾਈ? ਰੇਟ ਬਾਈ ਪੌਣੇ ਦੋ। ਹੈਂ? ਪੌਣੇ ਦੋ। ਵੇਚਣ ਵਾਲੀ ਗੱਲ ਦੱਸ, ਹੁਣ ਮੰਗ ਦਾ 2.5 ਲੈ ਜਣੀ ਬਾਈ? ਡੇਢ ਦੀ ਦੇ ਮੈਂ। ਮੰਦਾ ਆਰਾਮ ਚੱਲ ਰਿਹਾ ਕਹਿੰਦੇ ਬਾਈ, ਸਾਨੂੰ ਲਾਉਂਦੇ ਆ 35। ਹੈਂ? ਕਿੰਨਾ ਲੱਗੀ ਜਾਂਦਾ? 35-36 ਲਾਉਂਦੇ। 35-36 ਲੱਗੀ ਜਾਂਦਾ? ਕਿੰਨੇ ਦੀ? 40 ਦੀ ਹੋ ਜੂ? ਕੀ ਪਤਾ ਬਾਈ, 45 ਹੋ ਸਕਦੀ ਹੈ ਮੌਕੇ ਤੇ। ਠੀਕ ਆ ਬਾਈ, ਨੰਬਰ ਬੋਲ ਦਿਓ। ਨੰਬਰ 628-39 02534। ਇੱਕ ਵਾਰੀ ਪੰਜਾਬੀ 'ਚ ਬੋਲ ਦਿਓ। 6839-025-54। ਆਪਣਾ ਟਿਕਾਣਾ ਦੱਸ ਦਿਓ ਮਾਨਸਾ ਕਿੱਥੇ ਬਾਈ? ਮਾਨਸਾ ਬਾਈ ਆਪਣਾ ਹੈਗਾ, ਛੋਟੀ ਮਾਨਸਾ ਬਾਈ। ਛੋਟੀ ਮਾਨਸਾ? ਹਾਂ। ਚਲੋ ਦੋਸਤੋ ਬਾਈ ਨੂੰ ਫੋਨ ਕਰਕੇ ਸਾਰਾ ਐਡਰੈਸ ਕਰ ਲਿਓ ਕਨਫਰਮ, ਜਿਹਨੂੰ ਝੋਟੀ ਪਸੰਦ ਆਊਗਾ 2 ਨੰਬਰ ਵਾਲੀ ਝੋਟੀ ਤੋਰ ਦੇ ਬਾਈ ਕੋ। ਹਾਂ ਜੀ, ਇੱਕ ਆ 2 ਨੰਬਰ ਵਾਲੀ ਝੋਟੀ ਦੇਖ ਲਓ ਦੋਸਤੋ, ਹਵਾਨਾ ਦੇਖ ਲਓ, ਇੱਥੇ ਦਾ ਥਣ ਥੁਣ ਦੇਖ ਲਓ, ਝੋਟੀ ਦੇ ਪੂਰੇ ਟੋਪ ਦੇ ਲੱਗੇ ਨੇ। ਅਤੇ ਬਾਕੀ ਦੋਸਤੋ ਕੱਦ ਕਾਠ ਵਾਲੀ ਝੋਟੀ ਆ, ਚੌੜੇ ਢਾਂਚੇ ਦੀ ਆ, ਝੋਟੀ ਜਾਣ ਵਾਲੀ ਆ ਬਾਈ, ਤੋਰੀਆਂ ਇਹਨੂੰ ਐਂ ਨੂੰ ਤੋਰ ਦਿਓ। ਬਾਕੀ ਜਦੋਂ ਤੁਰੂਗੀ ਦੋਸਤੋ ਉਦੋਂ ਹਵਾਨਾ ਦੇਖ ਲਿਓ, ਫਣ ਵਗੈਰਾ ਮੈਂ ਤੁਹਾਨੂੰ ਨੇੜੇ ਤੋਂ ਝੋਟੀ ਦੇ ਦਿਖਾ ਦੇਣਾ। ਅਤੇ ਬਾਕੀ ਡਿਟੇਲ ਆ ਕੇ ਆਪਾਂ ਬਾਈ ਨੂੰ ਪੁੱਛ ਲਾਂਗੇ। ਤੋਰ ਦੇ ਬਾਈ, ਲੰਬੀ ਤੋਰ ਦੇ ਮੜੀ। ਹਾਥੀ ਹਾਥੀ ਜਿੱਡੀ ਝੋਟੀ ਆ ਦੋਸਤੋ, ਕੱਦ ਕਾਠ ਦੇਖ ਸਕਦੇ ਹੋ, ਢਾਂਚਾ ਬਹੁਤ ਚੌੜਾ, ਜਾਣ ਵਾਲੀ ਝੋਟੀ ਹੈ, ਬਾ ਕਮਾਲ ਹੋ ਜੀ। ਅਤੇ ਬਾਕੀ ਇੱਕ ਸਾਈਡ ਤੋਂ ਅੱਗੇ ਤੋਂ ਦਿਖਾਉਣਾ ਦੋਸਤੋ ਝੋਟੀ ਦਾ ਹਵਾਨਾ ਮੈਂ, ਥਣ ਥੁਣ ਐਨ ਪੂਰੇ ਲੱਗੇ ਨੇ ਟੋਪ ਦੇ। ਅਤੇ ਬਾਕੀ ਆਪਸ 'ਚ ਦੋਸਤੋ ਦੂਰੀ ਬਹੁਤ ਹੈ, ਚਾਰੋਂ ਥਣ ਨਿਖੜਵੇਂ ਲੱਗੇ ਨੇ ਪੂਰੀ ਦੂਰੀ 'ਤੇ। ਅਤੇ ਬਾਕੀ ਅਗਲੀ ਡਿਟੇਲ ਆਪਾਂ ਬਾਈ ਨੂੰ ਪੁੱਛਦੇ ਹਾਂ ਦੋਸਤੋ ਕੀ ਗੱਲਬਾਤ ਆ ਜੀ। ਬਾਈ ਇਹ ਝੋਟੀ ਦੀ ਕੀ ਡਿਟੇਲ ਆ, ਕਿੰਨਵੇਂ ਸੂਏ ਆ? ਦੂਜਾ ਸੂਆ ਇਹਦਾ। ਇਹ ਵੀ ਦੂਜਾ ਸੂਆ? ਇਹਦਾ ਤਾਂ ਨਹੀਂ ਪਤਾ ਦੰਦਾਂ 'ਚ ਕੁਛ? ਨਹੀਂ, ਦੰਦਾਂ ਦਾ ਨਹੀਂ ਪਤਾ, ਦੇਖੀ ਨਹੀਂ ਪਤਾ। ਕਿੰਨੇ ਕੁ ਦਿਨ ਹੋ ਗਏ ਜੀ ਸੂਈ ਨੂੰ? ਸੂਈ ਨੂੰ ਹੋਵੇ 10 ਦਿਨ ਦੇ। ਦੁੱਧ ਕਿੰਨਾ ਬਾਈ? ਦੁੱਧ ਹੁਣ ਹੋਊਗਾ 17 ਕਿਲੋ। ਰੇਟ? ਰੇਟ ਤਾਂ 2 ਕਰ ਦੇ। ਹੈਂ? 2 ਲੱਖ ਰੁਪਏ ਕਰ ਦੇ। ਜੈਨੂਅਰ ਰੇਟ ਦਾ ਦੇ, ਜਿੰਨੇ ਦੀ ਵੇਚਣੀ ਆ ਜਮਾਂ ਫਿਕਸ ਰੇਟ। ਇਹ 2.5 ਦੀ ਦੇ ਮੈਂ। ਜ਼ਿਆਦਾ ਨਹੀਂ ਮੰਗੀ ਜਾਂਦਾ? ਜ਼ਿਆਦਾ ਤਾਂ ਕਾਹਨੂੰ ਮੁੱਲ ਲਾਉਂਦੇ ਯਾਰ। ਹੈਂ? ਕਿੰਨਾ ਕੁ ਲੱਗਦਾ? 1.55 ਲਾਉਂਦੇ। ਅੱਛਾ,
ਨੰਬਰ ਬਾਈ ਉਹੀ ਨੰਬਰ ਦੀ ਠੀਕ ਹੈ ਦੋਸਤੋ ਆਹ ਦੋ ਝੋਟੀਆਂ ਦਿਖਾਈਆਂ ਨੇ ਤੁਹਾਨੂੰ ਬਾਕੀ ਅੱਗੇ ਲੈ ਕੇ ਚੱਲਦੇ ਹਾਂ ਆਪਾਂ ਆਹ ਝੋਟੀ ਬਾਈ ਕਹਿੰਦਾ ਪੌਣੇ ਦੋ ਦੀ ਹੋਊਗੀ ਬਾਈ ਉਹ ਕਿੰਨੀ ਦੱਸੀ ਸੀ ਉਹ ਦੇਵਾਂਗੇ ਬਾਈ ਡੇਢ ਦੀ ਡੇਢ ਲੱਖ ਦੀ ਉਹ ਦੋਨੇ ਦੂਸਰੇ ਦੂਜੇ ਸੂਏ ਝੋਟੀਆਂ ਨੇ ਦੋਸਤੋ ਆਹ ਝੋਟੀ ਵੱਡੀ ਆ ਕੱਦ ਕਾਠ ਬਹੁਤ ਆ ਜਾਨ ਬਹੁਤ ਆ ਅਤੇ ਆਹ ਝੋਟੀ ਦੋਸਤੋ ਕੱਚੀ ਉਮਰ 'ਚ ਚਾਰ ਦੰਦ ਦੱਸਦਾ ਬਾਈ ਹੋ ਸਕਦਾ ਚਾਰ ਦੰਦ ਹੀ ਹੋਵੇ ਬਾਕੀ ਜਿਹਨੂੰ ਪਸੰਦ ਆਊਗੀ ਦੋਸਤੋ ਨੇੜੇ ਆ ਕੇ ਆਪਦੀ ਤਸੱਲੀ ਕਰਕੇ ਖਰੀਦ ਲਿਓ ਅਤੇ ਬਾਕੀ ਅੱਗੇ ਲੈ ਕੇ ਚੱਲਦੇ ਹਾਂ ਤੁਹਾਨੂੰ ਮੋੜ ਮੰਡੀ ਦੇ ਹੋਰ ਨਗੀਨੇ ਦਿਖਾਉਂਦੇ ਹਾਂ ਆ ਜਾਓ ਆਹ ਬਾਈ ਲੱਗ ਰਿਹਾ ਖਾਲੀ ਕਰਨ ਕੀ ਸੀ ਨਾ ਵੇਚਦੀ ਬਾਈ ਹੈ ਅਤੇ ਆ ਜਾਓ ਅੱਗੇ ਲੈ ਕੇ ਚੱਲਦੇ ਹਾਂ ਹੋਰ ਦਿਖਾਉਂਦੇ ਹਾਂ ਝੋਟੀਆਂ ਤੁਹਾਨੂੰ ਦੋਸਤੋ ਘੈਂਟ ਘੈਂਟ ਕੀ ਗੱਲਬਾਤ ਹੈ ਆਹ ਝੋਟੀ ਦਿਖਾਉਣੀ ਆ ਜੀ ਤੋਰੂਗਾ ਬਾਈ ਬਾਈ ਤੋਰੀਆਂ ਇਹਨੂੰ ਫਿਰ ਇੱਕ ਜ਼ਬਰਦਸਤ ਝੋਟੀ ਹੋਰ ਦਿਖਾਉਣੇ ਆ ਦੋਸਤੋ ਹਵਾਨਾ ਹਵੂਨਾ ਦੇਖ ਲਓ ਪੂਰਾ ਡਬਲ ਹੈ ਤੋਰੀ ਬਾਈ ਲੰਬੀ ਤੋਰਦੇ ਹਾਂ ਹਵਾਨਾ ਦੇਖੋ ਦੋਸਤੋ ਪੂਰਾ ਡਬਲ ਹੈ ਅਤੇ ਬੱਚਾ ਵੀ ਜਾਂਦਾ ਤੁਰਿਆ ਨਾਲ ਹੀ ਤੋਰ ਤੋਰ ਬਾਈ ਲੰਬੀ ਤੋਰਦੇ ਹਾਂ ਬਾ ਕਮਾਲ ਹੋ ਜੀ ਇੱਟਾ ਕੰਮ ਮੱਝ ਮੁੱਝ ਲੈ ਲਓ ਕੋਈ ਫਿਰ ਬਣਾਵਾਂਗੇ ਲੱਭ ਗਿਆ ਖੜ ਬਾਈ ਦੱਸ ਲੈ ਵੀ ਦੋਸਤੋ ਪੁੱਛਦੇ ਹਾਂ ਬਾਈ ਨੂੰ ਡਿਟੇਲ ਇੱਧਰ ਤੋਂ ਹਵਾਨਾ ਹਵੂਨਾ ਦਿਖਾ ਦੇਣਾ ਨੇੜੇ ਤੋਂ ਝੋਟੀ ਦਾ ਨਾਮ ਦੱਸੋ ਕੀ ਆ ਬਗੇਰਾ ਖਾਨ ਪਿੰਡ ਕਿਹੜਾ ਜੀ ਵੱਡੇ ਭੰਮੇ ਵਪਾਰ ਦਾ ਹੀ ਕੰਮ ਆ ਜੀ ਹਾਂ ਜੀ ਕਿੰਨਵੇਂ ਸੂਇਆ ਸੂਇਆ ਮੱਝੇ ਇਹ ਤੀਜਾ ਜੀ ਕਿੰਨੇ ਕੁ ਦਿਨ ਹੋ ਗਏ ਇਹਨੂੰ 4 ਦਿਨ ਹੋ ਗਏ ਬੋਲਾ ਕਿੰਨਾ ਕ ਬਾਈ ਹਾਂ ਬੋਲਾ ਅੱਜ 12 13 ਲੀਟਰ ਤਿਆਰ ਰੇਟ ਕਿੰਨੇ ਦਾ ਫਿਕਸ ਰੇਟ ਦੱਸਿਓ ਬਿਲਕੁਲ ਜੈਨੂਅਨ ਆ ਤੂੜੀ ਤਾੜੀ ਦੇ ਭਾਅ ਤੇਜ਼ ਹੋ ਰਹੇ ਨੇ ਰੇਟ ਸਹੀ ਦੱਸੀ ਲੈਣ ਮੇਰਾ ਹੈ ਇੱਕ ਦਾ ਜ਼ਿਆਦਾ ਨਹੀਂ ਕਰਦਾ ਹੋ ਜੂ ਲਾਂਗ ਦੇ ਅੰਦਰ ਹੁੰਦਾ ਹੈ ਲੱਖ ਦੇ ਅੰਦਰ ਵੇਚਣੀ ਹੈ ਵੱਧ ਵੇਚਣੀ ਅੱਛਾ ਲੱਗਦਾ ਕੁਛ ਲੱਗਦਾ ਕਿੰਨੇ ਲੱਗੀ ਜਾਂਦੇ ਲੱਖ ਲੱਗੀ ਜਾਂਦਾ ਪੂਰਾ ਲੱਖ ਵੇਚਦੇ ਫਿਰ ਹਜੇ ਹੋਰ ਕਿੰਨੇ ਕੁ ਲਵੇਂਗਾ ਹਜੇ ਦੇਖਾਂਗੇ ਹੈ ਆਥਣ ਤੱਕ ਆਥਣਿਆ ਨਹੀਂ ਪਤਾ ਘੱਟ ਜੇ ਫਿਰ ਠੀਕ ਆ ਦੋਸਤੋ ਲਾਣੇਦਾਰ ਦੇ ਰੁਪਈਏ ਝੋਟੀ ਦੇ ਜਿਹੜੇ ਹਿਸਾਬ ਨਾਲ ਦੱਸਦਾ ਵਧੀਆ ਲੱਗੀ ਜਾਂਦੇ ਨੇ ਕਹਿੰਦਾ ਪਰ ਆਥਣ ਤੱਕ ਦੇਖਾਂਗੇ ਆਥਣੇ ਕਈ ਵਾਰੀ ਦੂਜੇ ਲੋਟ ਹੋ ਜਾਂਦਾ ਕੇਸ ਫਿਰ ਲੱਖ ਵਾਲੀ 90 ਜੀ ਦੇਣੀ ਪੈਂਦੀ ਹੈ ਚਲੋ ਬਾਕੀ ਅੱਗੇ ਲੈ ਕੇ ਚੱਲਦੇ ਇੱਕ ਝੋਟੀ ਹੋਰ ਖੜੀ ਆ ਦੋਸਤੋ ਇੱਥੇ ਬਹੁਤ ਕੰਮ ਦੀ ਝੋਟੀ ਆ ਦਿਖਾਉਣੇ ਆ ਤੁਹਾਨੂੰ ਲੇਵਾ ਦੇਖ ਲਓ ਝੋਟੀ ਦਾ ਕੱਦ ਕਾਠ ਦੇਖ ਲਓ ਅਤੇ ਬਾਕੀ ਦੋਸਤੋ ਤੋਰ ਕੇ ਦਿਖਾਵਾਂਗੇ ਡਿਟੇਲ ਪੁੱਛਾਂਗੇ ਬਾਈ ਹੋਰਾਂ ਨੂੰ ਕੀ ਗੱਲਬਾਤ ਹੈ ਇਹਦੀ ਆਪਣੀ ਆ ਬਾਈ ਦੋਸਤੋ ਇਹ ਧਨੌਲੇ ਵਾਲੇ ਵਪਾਰੀਆਂ ਦੀ ਝੋਟੀ ਆ ਐਨ ਟੌਪ ਦਾ ਮਾਲ ਲੈ ਕਹਿੰਦੇ ਨੇ ਤਕਰੀਬਨ ਬਾਈ ਹੋਰੀ ਹਰੇਕ ਮੰਡੀ 'ਤੇ ਮਿਲਦੇ ਨੇ ਝੋਟੀਆਂ ਚੰਗੀਆਂ ਰੱਖਦੇ ਨੇ ਹਵਾਨਾ ਹਵੂਨਾ ਬਹੁਤ ਡਬਲ ਆ ਝੋਟੀ ਦਾ ਬਾ ਮੋੜ ਲਓ ਜੀ ਦੋਸਤੋ ਪੂਰੇ ਉੱਚੇ ਕੱਦ ਕਾਠ ਵਾਲੀ ਝੋਟੀ ਆ ਤੇ ਹਵਾਨਾ ਹਵੂਨਾ ਪੂਰਾ ਐਨ ਹਵਾਨਾ ਵਾਂਗੂ ਤੁਰਦੀ ਆ ਫਸ ਫਸ ਕੇ ਜਮੀ ਤੁਰੀ ਹੁਣ ਦੇਖ ਸਕਦੇ ਹੋ ਅਤੇ ਬਾਕੀ ਸਿੰਘ ਸੁੰਘ ਦੇਖ ਸਕਦੇ ਹਾਂ ਦੋਸਤੋ ਬਿਲਕੁਲ ਪਤਲਾ ਸਿੰਘ ਆ ਸ਼ਕੀਨ ਆ ਗੱਟੀ ਪੂਰੀ ਕੱਦ ਕਾਠ ਵਾਲੀ ਸੁਨੱਖੀ ਗੱਟੀ ਆ ਅਤੇ ਬਾਕੀ ਡਿਟੇਲ ਪੁੱਛਦੇ ਹਾਂ ਇਹਦੀ ਬਾਈ ਨੂੰ ਇੱਧਰ ਤੋਂ ਹਵਾਨਾ ਦਿਖਾ ਦੇਣਾ ਤੁਹਾਨੂੰ ਮੈਂ ਇੱਕ ਵਾਰੀ ਥਣ ਥੁਣ ਐਂ ਲੱਗੇ ਨੇ ਪੂਰੇ ਸਿਰੇ ਦੇ ਜਾਂ ਵੀ ਨਾੜਾਂ ਨੂੜਾਂ ਦੇਖ ਸਕਦੇ ਹੋ ਹਵਾਨੇ ਦੀ ਦੋਸਤੋ ਦੁੱਧ ਵਾਲੀ ਝੋਟੀ ਆ ਚੰਗੀ ਇੱਕ ਝੋਟੀ ਦੋਸਤੋ ਬਾਈ ਹੋਰੀ ਆ ਤੋਰਨ ਲੱਗ ਰਹੇ ਨੇ ਆਪਾਂ ਦੋਹਾਂ ਦੀ ਡਿਟੇਲ ਪੁੱਛਾਂਗੇ ਕੀ ਗੱਲਬਾਤ ਆ ਦੇਖੀ ਦੇਈ ਸਾਡਾ ਝੋਟੀ ਦੋਸਤੋ ਇਹ ਵੀ ਪੂਰੀ ਡਾਵਲਾ ਚੌੜੀ ਚੂੜੀ ਬਹੁਤ ਆ ਉੱਤੋਂ ਹਵਾਨਾ ਹਵੂਨਾ ਐਨ ਜਮੀ ਠੋਕਿਆ ਖੜਾ
ਬਾ ਮੋੜ ਲਓ ਜੀ, ਦੋਹਾਂ ਝੋਟੀਆਂ ਦੀ ਪੁੱਛਦੇ ਆ ਦੋਸਤੋ, ਚੱਲ ਕੇ ਤਾਂ ਲਿਆਣਿਆਂ ਨੂੰ ਡਿਟੇਲ ਕੀ ਗੱਲਬਾਤ ਆ, ਕੀ ਕਹਿੰਦੇ ਨੇ, ਕਿੰਨੇ ਕੁ ਪੈਸੇ ਮੰਗਣਗੇ ਇਹਨਾਂ ਦੇ? ਕੀ ਭਾਅ ਕੀਤਾ ਬਾਈ ਜੀ? 3 ਲੱਖ ਪੁੱਛਦੇ ਆ ਬਾਈ ਨੂੰ ਦੋਸਤੋ, ਜਿਹੜੀ ਇੱਕ ਨੰਬਰ 'ਤੇ ਝੋਟੀ ਤੋਰੀ 'ਤੇ ਆਪਾਂ ਇਹਦੀ ਡਿਟੇਲ ਪੁੱਛਦੇ ਹਾਂ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਨਾਮ ਦੱਸੋ ਜੀ ਕੀ ਆ? ਗੁਰਦਰਸ਼ਨ ਸਿੰਘ। ਪਿੰਡ ਕਿਹੜਾ ਜੀ? ਵਪਾਰ ਦਾ ਹੀ ਕੰਮ ਆ ਬਾਈ? ਬਾਈ ਕਿੰਨੇ ਮੈਂ ਸੂਆ ਝੋਟੀ ਇਹ? ਕਿੰਨੇ ਕੁ ਦਿਨ ਹੋ ਗਏ ਸੂਈ ਨੂੰ? ਤੀਜਾ ਦਿਨ। ਬੋਲਾ ਕਿੰਨਾ ਕੁ ਹੋਊਗਾ? 16 ਲੀਟਰ। ਰੇਟ ਬਾਈ? 2.5 ਲੱਖ। ਹੈਂ? 2.5 ਲੱਖ। ਕਿੰਨੇ ਦੀ ਹੋਜੂ ਜਮੀ ਲਾਸਟ? ਲਾਸਟ 2 ਲੱਖ। ਦੋ ਦੇ ਅੰਦਰ ਅੰਦਰ ਹੋਜੂ 90-90 ਦੀ? ਨਹੀਂ। ਮਹਿੰਗੀ ਚੱਕ ਰੱਖੀ ਆ? ਕੀ ਲੱਗੀ ਜਾਂਦਾ ਕੁਛ? ਲੱਗਦਾ ਕੁਛ? ਹਾਂਜੀ ਹਾਂਜੀ, 70-80। ਠੀਕ ਹੈ ਜੀ। ਬਾਕੀ ਦੋਸਤੋ, ਬਾਈ ਨੇ ਡਿਟੇਲ ਬਿਲਕੁਲ ਜੈਨੂਅਨ ਦੱਸੀ ਆ, ਝੋਟੀ ਕਹਿਣ ਨੂੰ ਦੂਜੇ ਸੂਏ ਵੀ ਕਹਿ ਸਕਦਾ ਸੀ ਬਾਈ। ਬਾਈ ਨੰਬਰ ਬੋਲਦੇ ਤੇਰਾ ਕਿੰਨਾ? 8285-08-99। ਇੱਕ ਵਾਰੀ ਫਿਰ ਬੋਲੋ, 8285-08-99। ਠੀਕ ਹੈ ਜੀ, ਉਹ ਦੋ ਨੰਬਰ ਵਾਲੀ ਝੋਟੀ ਡਿਟੇਲ ਦੱਸ ਦਿਓ ਬਾਈ। ਦੋਸਤੋ, ਆਹ ਦੋ ਨੰਬਰ ਵਾਲੀ ਝੋਟੀ ਆ ਜਿਹੜੀ ਤੋਰੀ ਦੀ ਆਪਾਂ, ਕੱਦ ਕਾਟ ਬਹੁਤ ਆ ਝੋਟੀ ਦਾ, ਇਹ ਵੀ ਢਾਂਚੇ ਢੂੰਚੇ ਚੌੜੇ ਢਾਂਚੇ ਦੀ ਆ, ਪੂਰੀ ਥਣ ਥੁਣ ਕੰਮ ਦਾ ਲੱਗਿਆ। ਆਹ ਦੂਜੀ ਝੋਟੀ ਨਾਲ ਦੇਖ ਸਕਦੇ ਹੋ ਦੋਸਤੋ, ਪੂਰਾ ਐਂ ਸਮਝ ਲਓ ਡੂਡਾ ਕੱਦ ਕਾਟ ਆ ਝੋਟੀ ਦਾ। ਅਤੇ ਬਾਕੀ ਇੱਧਰ ਤੋਂ ਮੂੰਹ ਮੱਥਾ ਦਿਖਾਉਣੇ ਆ ਦੋਸਤੋ, ਪੂਰੀ ਸ਼ਕੀਨ ਝੋਟੀ ਆ, ਸਿੰਘ ਸੁੰਘ ਜਮਾ ਹੀ ਐਨ ਕੁੰਡੇ ਨੇ। ਬਾਈ ਇਹਦੀ ਕੀ ਡਿਟੇਲ ਆ? ਪਹਿਲਾਂ ਨਾਮ ਦੱਸੋ ਬਾਈ। ਰਾਮ ਸਿੰਘ ਜੀ। ਪਿੰਡ ਬਾਈ? ਧਨੌਲਾ ਜੀ। ਕੀ ਡਿਟੇਲ ਆ ਬਾਈ ਝੋਟੀ ਦੀ? ਕਿੰਨਵੇਂ ਸੂਏ ਆ, ਕਿੰਨੇ ਦਿਨ? ਦੂਜਾ ਸੂਆ ਛਿੱਗੀ ਆ ਦੰਦੋ। ਅੱਛਾ ਜੀ, ਮੂੰਹੋਂ 6 ਦੰਦ? 6 ਦੰਦ ਆ ਬਾਈ, ਪਲੱਸ ਹੁਣ ਤਿਆਰ ਆ ਜਮਾ ਜੀ। ਕਿੰਨੇ ਦਿਨ ਹੋ ਗਏ ਸੂਈ ਨੂੰ? ਸੂਈ ਨੂੰ ਅੱਜ 5ਵਾਂ ਦਿਨ ਆ ਜੀ। ਬਾਈ ਪਲੱਸ ਤਿਆਰ ਆ ਬਾਈ? ਹਾਂ ਜਮਾ ਬਾਈ ਪਲੱਸ ਤਿਆਰ ਆ ਜੀ। ਪੂਰਾ ਐਨ ਗਰੰਟੀ ਵਾਲਾ? ਪਹਿਲਾਂ ਆਧਾਰ ਕਾਰਡ ਆ ਜੀ ਇਹਦਾ, 20 ਕਿਲੋ ਦਾ ਜੀ। ਠੀਕ ਆ ਜੀ। ਰੇਟ ਬਾਈ? ਰੇਟ 3 ਲੱਖ ਰੁਪਏ। ਕਿੰਨੇ ਦੀ ਛੱਡ ਦਾਂਗੇ ਲਾਸਟ? 2.5 ਲੱਖ ਰੁਪਏ ਜੀ। 40-40 ਦੀ ਹੋ ਜੂਗੀ? ਹਾਂਜੀ ਹੋ ਜੂਗੀ। ਮੌਕੇ ਨੰਬਰ ਬੋਲ ਦਿਓ ਬਾਈ। 9592571704। ਆਪਣਾ ਐਡਰੈਸ ਦੱਸ ਦਿਓ ਬਾਈ, ਕਈ ਵਾਰੀ ਕਿਸੇ ਨੇ ਘਰੋਂ ਜਾ ਕੇ ਲੈਣੀ ਹੁੰਦੀ ਹੈ। ਹਾਂਜੀ, ਰਾਜਗੜ੍ਹਾ ਰੋਡ ਜੀ, ਰਜਿੰਦਰਪੁਰਾ ਕੋਟ। ਠੀਕ ਹੈ ਜੀ ਬਾਈ, ਝੋਟੀ ਤੋਰੀ ਇੱਕ ਵਾਰੀ ਫਿਰ। ਦੋਸਤੋ, 22 ਕਿਲੋ ਦਾ, 22 ਕਿਲੋ ਦੁੱਧ ਕਹਿੰਦਾ ਬਾਈ, ਕਹਿੰਦਾ ਤਿਆਰ ਹੈ। ਜਿਹਨੂੰ ਪਸੰਦ ਆਊਗੀ ਬਾਈ ਦੇ ਘਰੇ ਜਾ ਕੇ ਦੋਸਤੋ, 2 ਟਾਈਮ 4 ਟਾਈਮ ਤਸੱਲੀ ਕਰਕੇ ਝੋਟੀ ਲੈ ਸਕਦੇ ਹੋ। ਜੋ ਤੁਰੂਗੀ ਇੱਕ ਵਾਰੀ ਹਵਾਨਾ ਫੇਰ ਦੇਖ ਲਿਓ ਦੋਸਤੋ, ਮੂੰਹੋਂ 6 ਦੰਦ ਆ, ਦੂਜੇ ਸੂਏ ਆ, ਉੱਚੇ ਕੱਦ ਕਾਟ ਦੀ ਝੋਟੀ ਆ ਦੋਸਤੋ, ਡਬਲ ਬਹੁਤ ਆ, ਢਾਂਚਾ ਬਹੁਤ ਆ ਝੋਟੀ ਦਾ। ਅਤੇ ਇੱਧਰ ਤੋਂ ਦਿਖਾ ਦੇਣਾ ਦੋਸਤੋ, ਜੋਸ਼ ਵਾਲਾ ਹਵਾਨਾ, ਚੌੜਾ ਹਵਾਨਾ ਪੂਰਾ ਨਾਲ ਲੱਗਵਾਂ ਪੱਟਾਂ ਦੇ ਸੰਨ ਵਾਲਾ ਬਾਈ, ਹੁੰਦੀ ਨਹੀਂ ਅੱਗੇ ਨੂੰ ਚਲਾਂ ਹੀ ਮੋੜ ਦੇ। ਬਾਕੀ ਇੱਥੇ ਤੋਂ ਦੋਸਤੋ ਤੁਸੀਂ ਕੱਦ ਕਾਟ ਦਾ ਅੰਦਾਜ਼ਾ ਲਾ ਲਿਓ। ਬਾਈ ਨਾਲ ਖੜੀ ਝੋਟੀ ਦੇ ਮਾੜਾ ਜਿਹਾ, ਨਾਲ ਨੂੰ ਖੜੀ ਮਾੜਾ ਜਿਹਾ ਨਾਲ ਨੂੰ ਇੱਥੇ। ਦੋਸਤੋ ਇੱਥੋਂ ਤੁਸੀਂ ਕੱਦ ਕਾਟ ਦਾ ਅੰਦਾਜ਼ਾ ਲਾ ਸਕਦੇ ਹੋ, ਬਾਈ ਹੋਰੀ ਨਾਲ ਖੜੇ ਨੇ, ਝੋਟੀ ਦਾ ਪੂਰਾ ਡਬਲ ਕੱਦ ਆ। ਬਾਈ ਕਿੰਨੀ ਕਿੰਨੀ ਹੋਊ ਹਾਈਟ ਆਪਣੀ? 5.5। ਇਹਦੀ ਹੋਊਗੀ 5 ਦੇ ਕਰੀਬ ਬਾਈ? 5.5 ਆ ਜੀ ਝੋਟੀ ਦੀ। ਠੀਕ ਆ ਜੀ। ਦੋਸਤੋ ਹਾਈਟ ਬਹੁਤ ਜ਼ਿਆਦਾ ਆ ਝੋਟੀ ਦੀ, ਅਤੇ ਇੱਧਰ ਤੋਂ ਇੱਕ ਵਾਰੀ ਮੈਂ ਹਵਾਨਾ ਹਵੂਨਾ ਫੇਰ ਦਿਖਾ ਦੇਣਾ, ਕਿਉਂਕਿ ਮਹਿੰਗੇ ਮੁੱਲ ਦਾ ਜਾਨਵਰ ਆ ਦੋਸਤੋ, ਮੰਡੀ ਦੇ ਵਿੱਚ ਪਹੁੰਚੀ ਹੋਈ ਆ ਰਾਮਪੁਰਾ ਫੂਲ ਅੱਜ। ਅਤੇ ਆ ਜਾਓ ਦੋਸਤੋ ਅੱਗੇ ਲੈ ਕੇ ਚੱਲਦੇ ਹਾਂ, ਹੋਰ ਦਿਖਾਉਂਦੇ ਹਾਂ ਤੁਹਾਨੂੰ ਘੈਂਟ ਝੋਟੀ ਕੋਈ। ਇੱਕ ਆਹ ਝੋਟੀ ਆ ਦੋਸਤੋ, ਜੋ ਤੁਰੂਗੀ ਦੇਖ ਲਓ, ਜੱਜਮੈਂਟ ਝੋਟੀਆਂ ਜਮੀ ਅੱਜ ਜਮੀ ਚਿੱਬ ਕੱਢ ਪਹੁੰਚੀਆਂ ਹੋਈਆਂ ਨੇ ਮੰਡੀ ਦੇ, ਪੂਰਾ ਸਿਰੇ ਦਾ ਸਮਾਨ ਆਇਆ ਹੋਇਆ। ਤੋਰ ਬਾਈ ਅੱਗੇ ਨੂੰ, ਵਾਹ ਮੋੜ ਲਾ। ਇਹ ਵੀ ਆਪਣੀ ਆ? ਆਪਣੀ ਆ ਬਾਈ। ਇਹ ਕਿੰਨਵੇਂ ਸੂਏ ਝੋਟੀ? ਇਹ ਦੂਜਾ ਸੂਆ ਵੀਰੇ, ਛਿੱਗੀ ਆ ਇਹ ਵੀ ਦੰਦੋ। ਅੱਛਾ, ਇਹ ਵੀ ਮੂੰਹੋਂ ਛਿੱਗੀ? ਹਾਂਜੀ। ਸੂਈ ਹੋਈ ਆ ਕਿ ਸੂਣ ਵਾਲੀ ਆ? ਨਹੀਂ, ਸੂਈ ਵੀ ਆ ਵੀਰੇ, ਇਹਨੂੰ 5 ਮੰਨ 20 ਕਿਲੋ ਤਿਆਰ ਆ ਜੀ ਇਹ ਥੱਲੇ। 20 ਇਹਦੇ ਥੱਲੇ ਵੀ ਤਿਆਰ? ਹਾਂਜੀ। ਰੇਟ ਬਾਈ? ਰੇਟ ਆ ਇਹਦਾ 1.75 ਆ ਜੀ।
ਕਿੰਨੇ ਦੀ ਹੋਜੂ ਲਾਸਟ? ਡੇਢ ਲੱਖ ਦੀ ਦੇ ਦੇ। ਚਾਲੀ ਚੂਲੀ ਦੀ ਹੋਜੂਗੀ? ਡੇਢ ਲੱਖ ਦੀ ਦੇਵਾਂਗੇ ਤਾਈ, ਜਸਨ ਹੋਈ। ਠੀਕ ਹੈ ਜੀ ਦੋਸਤੋ, ਬਾਈ ਕੋਲੇ ਤਕਰੀਬਨ ਸਾਰੇ ਜਾਨਵਰ ਸਿਰੇ ਦੀ ਲੈ ਕੇ ਆਉਂਦਾ, ਤੇ ਬਾਕੀ ਨੰਬਰ ਦੋਸਤੋ ਬਾਈ ਦਾ ਵੀਡੀਓ 'ਚ ਚੱਲੂਗਾ, ਤੇ ਐਡਰੈਸ ਬਾਈ ਨੇ ਦੱਸਤਾ। ਬਾਈ ਘਰੋਂ ਆ ਕੇ ਵੀ ਲਿਆ ਸਕਦਾ, ਚੋ ਕੇ ਜਾ ਸਕਦਾ? ਦੋ ਟਾਈਮ ਚਾਰ ਟਾਈਮ ਚੋ ਸਕਦਾ? ਚੋ ਕੇ ਫੇਰ ਜਾ ਸਕਦਾ। ਠੀਕ ਹੈ ਜੀ, ਹਾਲਾ ਫੇਰ ਸੌਦਾ ਕਰ ਲਈ। ਠੀਕ ਹੈ ਜੀ, ਆ ਜਾਓ ਦੋਸਤੋ, ਅੱਗੇ ਲੈ ਕੇ ਚੱਲਦੇ ਹਾਂ। ਪੂਰੀ ਤਸੱਲੀ ਦਿੱਤੀ ਆ ਬਾਈ ਨੇ ਜਾਨਵਰਾਂ ਦੀ, ਤੇ ਆ ਝੂਟੀ ਦਿਖਾਉਂਦੇ ਆ ਤੁਹਾਨੂੰ, ਇੱਕ ਪੂਰੀ ਜ਼ਬਰਦਸਤ ਖੜੀ ਆ। ਦੋਸਤੋ ਰਾਮਪੁਰਾ ਫੂਲ ਮੰਡੀ ਇੱਕ ਗੱਬਣ ਝੂਟੀ ਦਿਖਾਉਣ ਲੱਗਿਆ ਤੁਹਾਨੂੰ, ਇਦੂ ਪਹਿਲਾਂ ਸਾਰੀਆਂ ਤਾਜ਼ੀਆਂ ਝੂਟੀਆਂ ਦਿਖਾਈਆਂ ਨੇ, ਬਾਕੀ ਜਾਣ ਵਾਲੀ ਝੂਟੀ ਆ। ਬਾਕੀ ਤੁਰਦੀ ਵੀ ਕਰ ਲਿਓ ਜੱਜਮੈਂਟ। ਬਾਕੀ ਡਿਟੇਲ ਦੋਸਤੋ ਬਾਈ ਨੂੰ ਪੁੱਛਾਂਗੇ ਆਪਾਂ ਕੀ ਗੱਲਬਾਤ ਹੈ ਇਹਦੀ। ਬਸ ਘੁਮਾਲੋ ਜੀ, ਸਿੰਘ ਸੁੰਘ ਬਿਲਕੁਲ ਕੁੰਡੇ ਨੇ ਦੋਸਤੋ, ਝੋਟੀ ਚੰਗੀ ਆ। ਬਸ ਥੋੜ੍ਹਾ ਜਿਹਾ ਪੁੱਛਦੇ ਹਾਂ ਬਾਈ ਨੂੰ ਕੀ ਗੱਲਬਾਤ ਆ, ਪੈਰ 'ਚ ਕਦੋਂ ਧਰਦੀ ਆ। ਅਤੇ ਇੱਧਰ ਤੋਂ ਮੂੰਹ ਮੱਥਾ ਦਿਖਾਉਣਾ ਦੋਸਤੋ, ਜਮੀ ਕੁੰਡੇ ਸਿੰਘਾਂ 'ਚ ਆ, ਪੂਰੀ ਸਕੀਮ ਝੋਟੀ ਹੈ। ਹਾਂ ਬਾਈ, ਨਾਮ ਦੱਸੋ ਕੀ ਆ? ਨਾਮ ਬਾਈ ਜਗਦੀਪ ਸਿੰਘ, ਪਿੰਡ ਕਮਾਲੂ। ਵਪਾਰ ਦਾ ਕੰਮ ਹੈ? ਨਹੀਂ ਬਾਈ। ਹਾਂਜੀ, ਨਹੀਂ ਵਪਾਰ ਦਾ ਕੰਮ ਨਹੀਂ, ਘਰੂ ਝੋਟੀ ਹੈ। ਅੱਛਾ, ਕਿੰਨਵੇਂ ਸੂਏ ਸੁਣੀ ਆ ਇਹ? ਪਹਿਲਾਂ ਕੱਟੀ ਸੁਣੀ ਆ। ਦੰਦਾਂ 'ਚ ਪਤਾ ਕੁਛ? ਦੰਦਾਂ 'ਚ ਦੁੱਗੀ ਹੈ। ਦੋ ਦੰਦ? ਹਾਂਜੀ। ਕਿੰਨੇ ਕੁ ਦਿਨ ਕੱਢਦੀ ਹੈ? ਦਿਨ ਪੂਰੇ ਹੋ ਚੁੱਕੇ, ਲੈ ਜੂ ਹਫ਼ਤਾ। ਰੇਟ ਬਾਈ ਕਿੰਨਾ ਕਰਦੇ? ਰੇਟ ਤਾਂ ਲੱਖ ਕਰਦੇ ਆ ਬਾਈ। ਰੇਟ ਬਾਹਲਾ ਨਹੀਂ ਕਰੀ ਜਾਂਦਾ? ਨਹੀਂ ਬਾਈ। ਝੋਟੀ ਤਾਂ ਨਿੱਕੀ ਜੀ ਆ। ਨਹੀਂ ਨਹੀਂ, ਮਾਨਦਾਨ ਹੋ ਜੂਗਾ। ਹੈ ਮਾਨਦਾਨ? ਝੋਟੀ ਦੇ ਹਿਸਾਬ ਨਾਲ ਰੇਟ ਕਰ, ਕੱਦ ਬੜਾ ਛੋਟਾ ਝੋਟੀ ਦਾ। ਖਾਣ ਵੀ ਕਹਿਰਾ ਲੱਗਿਆ? ਨਹੀਂ ਕੋਈ ਗੱਲ। ਕਿੰਨੇ ਦੀ ਹੋ ਜੂਗੀ? 2154 ਦੀ ਕੱਟੀ ਹੈ ਇਹ। ਅੱਛਾ, ਹਾਂ। ਸੁਲਤਾਨ ਦਾ ਬੱਚਾ ਟੀਕਾ ਭਰਿਆ ਹੋਇਆ। 2154 ਦੀ? ਹਾਂ। ਇੰਨਾ ਪੁਰਾਣਾ ਟੀਕਾ ਕਿੱਧਰੋਂ ਲਿਆ ਤੂੰ? ਆਹੀ ਲਿਆਂਦਾ ਬਾਈ। ਹੈਂ, ਕਿੰਨੇ ਦੀ ਹੋ ਜੂ ਲਾਸਟ? ਲਾਸਟ ਕੋਈ ਗੱਲ ਨਹੀਂ, ਮਾਨਦਾਨ ਕਰਦਾ ਹੈ। 70 ਦੀ ਹੋ ਜੂ? ਨਾ ਬਾਈ। ਹੋਰ ਜੈਨੂਅਨ ਰੇਟ ਦੱਸ ਦੇ ਜਮੀ, ਝੋਟੀ ਹੋ ਜੂਗੀ ਤੇਰੀ? 95 ਦੀ ਲੈ ਜੂ। 80 ਦੀ ਕਰ? ਨਾ ਬਾਈ। ਨੰਬਰ ਬੋਲ ਦੇ ਚੰਗਾ ਤਰ੍ਹਾਂ। 94-657। ਹਾਂਜੀ, 74-213। ਇੱਕ ਵਾਰੀ ਫਿਰ ਬੋਲ ਦੇ ਬਾਈ, 94-657-74-213। ਸੀਮਨ ਕਿਹੜਾ ਲੱਗਿਆ ਵੇ? ਸੀਮਨ ਸੁਲਤਾਨ ਦਾ। ਸੁਲਤਾਨ ਬੁੱਢੇ ਖੇੜੇ ਵਾਲਾ? ਨਹੀਂ ਬਾਈ, ਟੀਕਾ ਭਰਾਇਆ ਸੁਲਤਾਨ ਦਾ, ਹਰਿਆਣੇ ਦਾ। ਅੱਛਾ, ਠੀਕ ਆ ਗੱਲ। ਇਹ ਆਪ ਕਿਹੜੇ ਸੀਮਨ ਦੀ ਦੱਸਿਆ? ਆਪ 2154 ਦੀ। PC 154 ਦੀ? ਹਾਂਜੀ। PC 400 ਦਾ ਹੈਗਾ ਯਾਰ, 154 ਨਹੀਂ ਸੁਣਿਆ। HLDB ਦਾ? HLDB 154 ਦੀ। ਠੀਕ ਹੈ ਦੋਸਤੋ, ਬਾਈ ਸਰਕਾਰੀ ਸੀਮਨ ਦੀ ਦੱਸਦਾ ਕੱਟੀ ਇੱਕ ਵਾਰੀ, ਮੈਂ ਥਣ ਹਵਾਣਾ ਇੱਧਰ ਤੋਂ ਫੇਰ ਦਿਖਾਉਣਾ ਇਹਦਾ। 5-7 ਦਿਨ ਕੱਢ ਜੂ ਬਾਈ, ਮੂੰਹੋਂ ਵੀ 2 ਦੰਦ ਦੱਸਦਾ, ਅਤੇ ਬਾਕੀ ਇੱਕ ਵਾਰੀ ਹਵਾਨਾ ਦੇਖ ਲਓ ਝੋਟੀ ਦਾ। ਦੋਸਤੋ ਘਰੇਲੂ ਜਾਨਵਰ ਨੇ, ਕਈ ਵਾਰੀ ਮੰਡੀ 'ਤੇ ਆ ਕੇ ਡਰ ਜਾਂਦੇ ਨੇ, ਅਤੇ ਝੋਟੀ ਬਾਕੀ ਚੰਗੀ ਆ ਬਾਈ ਦੀ, ਬਸ ਰੇਟ ਥੋੜ੍ਹਾ ਜ਼ਿਆਦਾ ਕਰੀ ਜਾਂਦਾ ਹੈ। ਬਾਕੀ ਕਰੀਏ ਇੱਧਰ ਮੂੰਹ, ਕਰੀਏ ਇਹਦਾ ਸਿੰਘ ਸੁੰਘ ਦਿਖਾਉਣਾ ਦੋਸਤੋ, ਜਮੀ ਕੁੰਡੇ ਨੇ ਬਾਈ ਨੇ ਬਣਵਾਏ, ਬਣਬੂਏ ਨਹੀਂ ਹੋਏਗੇ ਤੋਂ। ਹਵਾ ਲਾ ਕੇ ਲਈਏ।